ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸੂਰਿਆ ਟੀਵੀ। ਮੈਂ ਹਾਂ ਅਮਨ ਲੂਣਾ। ਅਲੈਂਟੇ ਮਾਲ 'ਚ ਇੱਕ ਟੋਏ ਟ੍ਰੇਨ ਦੇ ਡਿੱਬੇ ਦੇ ਪਲਟਣ ਨਾਲ ਇੱਕ 11 ਸਾਲ ਦੇ ਬੱਚੇ ਦੀ ਮੌਤ ਤੋਂ ਬਾਅਦ ਚੰਡੀਗੜ੍ਹ ਕਮਿਸ਼ਨ ਫੋਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਦੀ ਤਰਫ ਤੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ, ਜਿਹੜਾ ਅਲੈਂਟੇ ਮਾਲ ਨੂੰ ਗਿਆ ਗਿਆ। ਅਤੇ ਸਾਡੇ ਨਾਲ ਇਸ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਦੇ ਚੇਅਰਪਰਸਨ ਸ਼ਿਪਰਾ ਬੰਸਲ ਮੈਡਮ ਮੌਜੂਦ ਹੈ। ਇਹਨਾਂ ਨਾਲ ਗੱਲਬਾਤ ਕਰਦੇ ਹਾਂ ਇਸ ਨੋਟਿਸ ਨੂੰ ਲੈ ਕੇ। ਮੈਮ, ਕਿਸ ਤਰ੍ਹਾਂ ਦਾ ਨੋਟਿਸ ਉਹਨਾਂ ਨੂੰ ਦਿੱਤਾ ਗਿਆ? ਇਹਦੇ ਵਿੱਚ ਪਹਿਲਾਂ ਅਮਨ ਜੀ, ਮੈਂ ਤਾਂ ਇਹੀ ਕਹੂੰਗੀ ਕਿ ਜੋ ਵੀ ਇਹ ਹਾਦਸਾ ਹੋਇਆ, ਇਹ ਬਹੁਤ ਹੀ ਦੁਖਦ ਹੈ ਕਿ ਇੱਕ ਬਾਹਰੋਂ ਕੋਈ ਬੱਚੇ ਆ, ਮਾਂ ਬਾਪ ਆਏ, ਉਹਨਾਂ ਨੇ ਆਪਣੇ ਬੱਚੇ ਨੂੰ ਲੈ ਕੇ ਜਾਣਾ, ਇਸ ਤੌਰ 'ਤੇ ਲੈ ਕੇ ਜਾਣਾ, ਇਹ ਤੋਂ ਬੜਾ ਦੁੱਖ ਨਹੀਂ ਹੋ ਸਕਦਾ। ਔਰ ਨੋਟਿਸ ਸਾਡੇ ਜੋ ਸੰਗਿਆਨ ਦੇ ਵਿੱਚ ਆਇਆ ਸੀਗਾ ਕਿ ਉਹ ਜਿਹੜਾ ਉੱਥੇ ਦਾ ਅਲਾਂਤੇ ਮੌਲ ਦਾ ਜੋ ਵੀ ਉਹਨਾਂ ਦਾ ਮੈਨੇਜਮੈਂਟ ਹੈ, ਉਹਨਾਂ ਦੀ ਤਰਫੋਂ ਇਹ ਚੀਜ਼ ਕਹੀ ਗਈ ਹੈ ਕਿ ਵੀ ਸਾਡਾ ਕੋਈ ਜ਼ਿੰਮੇਵਾਰੀ ਨਹੀਂ ਹੈ, ਸਾਡੀ ਕੋਈ ਰਿਸਪੋਂਸੀਬਿਲਿਟੀ ਨਹੀਂ ਹੈਗੀ ਹੈ, ਉਹ ਜੇ ਵੀ ਕੰਟਰੈਕਟਰ ਸੀ ਉਹਨਾਂ ਦੀ ਸੀਗੀ। ਉਸ ਕਰਕੇ ਸਾਨੂੰ ਪਹਿਲਾਂ ਅਸੀਂ ਸੂਓ ਮੋਟੋ ਲਿੱਤਾ, ਕਿਉਂਕਿ ਅਸੀਂ ਪੁਲਿਸ ਕੰਸਰਨ ਪੁਲਿਸ ਥਾਣੇ ਤੋਂ ਅਸੀਂ ਰਿਪੋਰਟ ਮੰਗਦੇ ਹਾਂ, ਉਹ ਰਿਪੋਰਟ ਸਾਡੇ ਕੋਲ ਆਏਗੀ। ਦੂਸਰਾ, ਅਲਾਂਤੇ ਮੌਲ ਦੀ ਮੈਨੇਜਮੈਂਟ ਨੂੰ ਜਿਹੜਾ ਅਸੀਂ ਨੋਟਿਸ ਭੇਜਿਆ ਉਹਦੇ ਵਿੱਚ ਇਹੀ ਹੈ ਕਿ ਬਈ ਤੁਹਾਡੀ ਉੱਥੇ ਉਸ ਟਾਈਮ ਸੇਫਟੀ ਮੈਜਰਸ ਕੀ ਸੀਗੇ। ਇੱਕ ਟੋਏ ਟ੍ਰੇਨ ਦੇ ਵਿੱਚ ਤੁਸੀਂ ਦੇਖਿਆ ਹੋਣਾ, ਨਾ ਤਾਂ ਕੋਈ ਜਾਲੀ ਸੀ, ਨਾ ਕੋਈ ਹੈਂਡਲ ਸੀ, ਨਾ ਕੋਈ ਵਿੰਡੋ ਪੇਨ ਸੀਗੇ ਕਿ ਜਿੱਥੇ ਬੱਚਾ ਬਚ ਸਕੇ। ਦੂਸਰਾ, ਉਹਦਾ ਜਿਹੜਾ ਟਾਇਰ ਦਾ ਸਿਸਟਮ ਸੀ, ਜੋ ਕੱਲ੍ਹ ਮੇਰੇ ਧਿਆਨ ਵਿੱਚ ਆਇਆ ਕਿ ਉਹ ਇਮਬੈਲੈਂਸਡ ਸੀਗਾ, ਉਹਦੇ ਲੂਪਸ ਕੁਛ ਟੁੱਟੇ ਵੀ ਹੋਏ ਸੀਗੇ, ਜਿਹੜਾ ਉਹਨਾਂ ਨੇ ਬਿਲਕੁਲ ਧਿਆਨ ਨਹੀਂ ਦਿੱਤਾ। ਤੀਸਰਾ, ਉੱਥੇ ਕੋਈ ਵੀ ਅਟੈਂਡੈਂਟ ਮੌਜੂਦ ਨਹੀਂ ਸੀਗਾ ਜਦੋਂ ਬੱਚੇ ਉਹ 'ਚ ਪਲੇ ਜਾ ਰਹੀ ਸੀ, ਟੋਏ ਟ੍ਰੇਨ ਜਾਂ ਮੂਵ ਹੋ ਰਹੀ ਸੀ, ਕਿਉਂਕਿ ਐਂਬੂਲੈਂਸ ਜਾਂ ਫਸਟ ਏਡ ਐਵੇਂ ਦੀ ਫੈਸਿਲਿਟੀ ਤਾਂ ਅਸੀਂ ਇੱਕ ਨੋਰਮਲ ਸਕੂਲ ਬੱਸ ਦੇ ਵਿੱਚ ਅਨਿਵਾਰਿਆ ਕਰਦੇ ਹਾਂ, ਤਾਂ ਐਡੀ ਵੱਡੀ ਜਗ੍ਹਾ ਦੇ ਵਿੱਚ ਤਾਂ ਉਹ ਇਮੀਡੀਏਟ ਹੋਣੀ ਚਾਹੀਦੀ ਸੀਗੀ। ਔਰ ਜਦੋਂ ਬੱਚੇ ਦੇ ਨਾਲ ਹੋਇਆ ਇਹ ਹਾਦਸਾ, ਤਾਂ ਕੋਈ ਐਂਬੂਲੈਂਸ ਨਹੀਂ ਆਈ, ਉਹ ਮਾਂ ਬਾਪ ਵਿਚਾਰੇ ਆਪ ਹੀ ਬੱਚੇ ਨੂੰ ਲੈ ਕੇ ਗਏ। ਤਾਂ ਇਸ ਕਰਕੇ ਅਸੀਂ ਮੈਨੇਜਮੈਂਟ ਨੂੰ ਭੇਜਿਆ ਹੈ ਕਿ ਤੁਸੀਂ ਆਪਣੇ ਸੇਫਟੀ ਮੈਜਰਸ ਦੱਸੋ, ਅਗਰ ਨਹੀਂ ਹੈ ਤਾਂ ਅੱਗੇ ਵਾਸਤੇ ਤੁਹਾਨੂੰ ਕੀ ਕੀਤਾ ਹੈ, ਤੁਸੀਂ ਕੀ ਕਰੋਗੇ, ਤੁਹਾਡੇ ਉੱਥੇ ਰਿਸਪੋਂਸੀਬਿਲਿਟੀ ਕਿਹਦੀ ਬਣਦੀ ਹੈ, ਤੁਹਾਨੂੰ ਜੋ ਵੀ ਤੁਹਾਡੀਆਂ ਗਾਈਡਲਾਈਨ ਸੀਗੀਆਂ ਜਦੋਂ ਤੁਸੀਂ ਉਹਨਾਂ ਨੂੰ ਕੰਟਰੈਕਟ ਦਿੱਤਾ ਸੀਗਾ, ਉਹ ਗਾਈਡਲਾਈਨ ਸਾਨੂੰ ਉਹਦੀ ਕਾਪੀ ਦਿੱਤੀ ਜਾਵੇ। ਕਿੰਨੇ ਦਿਨ ਦਾ ਨੋਟਿਸ ਦਿੱਤਾ ਗਿਆ ਲੈਂਟੇ ਮਾਲ ਨੂੰ? ਉਹਨਾਂ ਨੂੰ ਅਸੀਂ 3 ਦਿਨ ਦਾ ਦਿੱਤਾ ਹੈ, 3 ਦਿਨ ਦੇ ਵਿੱਚ ਉਹਨਾਂ ਦੀ ਰਿਪੋਰਟ ਆ ਜਾਣੀ ਚਾਹੀਦੀ ਹੈ ਸਾਡੇ ਕੋਲ। ਜਿੱਦਾਂ ਪਰਿਵਾਰਕ ਮੈਂਬਰਾਂ ਦੇ ਬੱਚੇ ਦੇ ਬਿਆਨ ਆਏ ਸੀ ਸਾਹਮਣੇ, ਵੀ ਉੱਥੇ ਕੁਛ ਵੀ ਇੱਦਾਂ ਦਾ ਉਹਨਾਂ ਨੂੰ ਲੱਗਿਆ ਵੀ ਉਹਨਾਂ ਨੇ ਆਪਣੀ ਗੱਡੀ ਤੱਕ ਆਪਣੀ ਗੱਡੀ 'ਚ ਲਿਜਾਣਾ ਪੈ ਗਿਆ ਬੱਚੇ ਨੂੰ ਹਸਪਤਾਲ 'ਚ, ਨਾ ਕੋਈ ਮੈਡੀਕਲ ਫੈਸਿਲਿਟੀ, ਨਾ ਕੋਈ ਐਂਬੂਲੈਂਸ ਉੱਥੇ ਸੀਗੀ। ਅਤੇ ਇਹ ਵੀ ਚੈੱਕ ਕੀਤਾ ਜਾ ਰਿਹਾ ਕਿ ਵੀ ਜਿਹੜਾ ਡਰਾਈਵਰ ਸੀਗਾ ਉਹ ਟੋਏ ਟ੍ਰੇਨ ਦਾ, ਵੀ ਉਹ ਟ੍ਰੇਨਡ ਸੀ ਜਾਂ ਨਹੀਂ ਸੀ, ਇਹ ਵੀ ਚੈੱਕ ਕੀਤਾ ਜਾ ਰਿਹਾ ਤੁਹਾਡੇ ਵੱਲੋਂ? ਬਿਲਕੁਲ, ਉਹ ਅਸੀਂ ਤਾਂ ਹੀ ਅਸੀਂ ਉਹਨਾਂ ਤੋਂ ਜਿਹੜੀ ਗਾਈਡਲਾਈਨਸ ਮੰਗਵਾਈਆਂ ਨੇ, ਕਿਉਂਕਿ ਦੇਖੋ ਜੀ, ਅਗਰ ਤੁਸੀਂ ਕਿਸੇ ਨੂੰ ਵੀ ਹਾਇਰ ਕਰਦੇ ਹੋ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦੀ ਹਾਂ, ਜਿਹੜੇ ਆਪਣੇ ਬੱਸ ਡਰਾਈਵਰਸ ਜਾਂ ਕੰਡਕਟਰਸ ਹੁੰਦੇ ਨੇ, ਇਹਨਾਂ ਦਾ ਵੀ ਜਿਹੜੀ ਸਾਡੀ ਇੱਕ ਸਿਸਟਮ ਹੈ ਸਾਡੀ ਪੋਲਿਸੀ ਦੇ ਹਿਸਾਬ ਨਾਲ, ਕਿ ਇਹਨਾਂ ਦਾ ਇੱਕ ਐਕਸਪੀਰੀਅੰਸ ਹੁੰਦਾ ਹੈ ਉਹਨਾਂ ਕੋਲ, ਉਹ ਹੈ ਕਿ ਨਹੀਂ ਹੈ, ਉਹਨਾਂ ਦਾ DL ਅਪਡੇਟਡ ਹੈ ਜਾਂ ਨਹੀਂ, ਉਹਨਾਂ ਦਾ ਫਿਟਨੈਸ ਸਰਟੀਫਿਕੇਟ ਹੈ ਜਾਂ ਨਹੀਂ, ਤਾਂ ਉਸੇ ਤਰ੍ਹਾਂ ਉੱਥੇ ਵੀ ਉਹਨਾਂ ਦੀ ਗਾਈਡਲਾਈਨਸ ਹੀ ਅਸੀਂ ਦੇਖਣੀਆਂ ਨੇ। ਉਹ ਤੋਂ ਬਾਅਦ ਸਾਡਾ ਜੋ ਨੈਕਸਟ ਸਟੈਪ ਹੋਏਗਾ ਉਹਨਾਂ ਦੀ ਪੋਲਿਸੀ ਦੇਖਣ ਤੋਂ ਬਾਅਦ ਹੀ ਪਤਾ ਚੱਲੇਗਾ। ਮੈਮ, ਕੋਈ ਸਪੀਡ ਦਾ ਵੀ ਤੁਹਾਨੂੰ ਲੱਗ ਰਿਹਾ, ਜਿੱਦਾਂ ਫੁਟੇਜ ਸਾਹਮਣੇ ਆਈ ਹੈ, ਆਪਾਂ ਵੀ ਦੇਖੀਏ ਫੁਟੇਜ, ਤੁਸੀਂ ਵੀ ਦੇਖੀਏ ਫੁਟੇਜ, ਅਤੇ ਫੁਟੇਜ 'ਚ ਕੁਛ ਇੱਦਾਂ ਵੀ ਲੱਗ ਰਿਹਾ ਵੀ ਟੋਏ ਟ੍ਰੇਨ ਦੀ ਸਪੀਡ ਆਮ ਤੌਰ ਤੋਂ ਜਿਹੜੀ ਸਪੀਡ ਹੁੰਦੀ ਹੈ ਉਸ ਤੋਂ ਜ਼ਿਆਦਾ ਸੀ? ਇਹਦੇ ਵਿੱਚ ਮੈਂ ਅਮਨ ਜੀ ਇਸ ਲਈ ਨਹੀਂ ਕਹਿ ਸਕਦੀ, ਕਿਉਂਕਿ ਹਜੇ ਜੋ ਪੁਲਿਸ ਡਿਪਾਰਟਮੈਂਟ ਵੱਲੋਂ ਵੀ, ਬਾਕੀ ਪ੍ਰਸ਼ਾਸਨ ਵੀ ਬਹੁਤ ਪੁਰਜ਼ੋਰ ਇਹਦੇ ਨਾਲ ਲੱਗਿਆ ਹੋਇਆ, DC ਸਾਹਿਬ ਵੀ ਲੱਗੇ ਹੋਏ ਨੇ, ਤਾਂ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੀ ਰਿਪੋਰਟ ਤੋਂ ਬਾਅਦ ਹੀ ਅਸੀਂ ਇੱਥੇ ਕੁਛ ਦੇਖਾਂਗੇ ਕਿ ਸਪੀਡ ਦਾ ਇਸ਼ੂ ਸੀ। ਪਰ ਇੰਨਾ ਮੈਨੂੰ ਜ਼ਰੂਰ ਸਮਝ ਆਇਆ, ਮੇਰੀ ਆਪਦਾ ਉਹ ਹੈ ਕਿ ਉੱਥੇ ਬੈਲੈਂਸਿੰਗ ਇਸ਼ੂ ਤਾਂ ਸੀਗਾ। ਮੈਮ, ਚੰਡੀਗੜ੍ਹ ਕਮਿਸ਼ਨ ਫੋਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਦੀ ਤਰਫ ਤੋਂ ਜਿਹੜਾ ਲੈਂਟੇ ਮਾਲ ਨੂੰ ਨੋਟਿਸ ਦਿੱਤਾ ਹੈ, 3 ਦਿਨ ਦਾ ਨੋਟਿਸ ਹੈ ਇਹ, ਅਗਰ ਮੰਨ ਲਓ ਨੋਟਿਸ ਦਾ ਜਵਾਬ ਨਹੀਂ ਦਿੰਦਾ ਤਾਂ ਕੀ ਕਾਰਵਾਈ ਰਹੇਗੀ? ਉਹ ਤੋਂ ਬਾਅਦ ਜੀ ਅੱਗੇ ਜੋ ਵੀ ਸਾਡੀ ਆਪਣੀ ਕਮਿਸ਼ਨ ਦੀ ਸਾਡੀ ਆਪਣੀ ਬੋਰਡ ਮੀਟਿੰਗ ਹੋਏਗੀ,
ਜਾਂ ਬੋਰਡ ਜੋ ਵੀ ਡਿਸਾਈਡ ਕਰੇਗਾ ਮੈਂਬਰਸ ਨੇ, ਉਹ ਤੋਂ ਅਸੀਂ ਨੈਕਸਟ ਦੇਖਾਂਗੇ। ਨੋਰਮਲੀ ਕੀ ਹੁੰਦਾ ਹੈ ਕਿ ਅਸੀਂ ਕਈ ਵਾਰੀ ਇਨਕੁਆਇਰੀ ਵਾਸਤੇ ਕਾਲ ਕਰਦੇ ਹਾਂ, ਬਟ ਇੱਦਾਂ ਤਾਂ ਸਾਨੂੰ ਲੱਗਦਾ ਹੈ ਕਿ ਨੌਬਤ ਆਏਗੀ ਨਹੀਂ, ਕਿਉਂਕਿ ਐਲਾਂਟੇ ਮਾਲ ਹੈ ਤਾਂ ਸ਼ਾਇਦ ਉਹਨਾਂ ਨੂੰ ਦੇ ਦੇਣੀ ਚਾਹੀਦੀ ਹੈ ਸਾਨੂੰ ਰਿਪੋਰਟ। ਥੈਂਕ ਯੂ ਸੋ ਮਚ। ਇਹ ਸੀ ਸਾਡੇ ਨਾਲ ਸ਼ਿਪਰਾ ਬੰਸਲ ਮੈਡਮ, ਜਿਹੜੇ ਕਿ ਚੇਅਰਪਰਸਨ ਇੱਥੋਂ ਦੇ। ਇਹਨਾਂ ਨੇ ਦੱਸਿਆ ਵੀ 3 ਦਿਨ ਦਾ ਐਲਾਂਟੇ ਮਾਲ ਨੂੰ ਨੋਟਿਸ ਜਾਰੀ ਕੀਤਾ, ਜਿਹਦੇ ਵਿੱਚ ਪੁੱਛਿਆ ਗਿਆ ਵੀ ਉੱਥੇ ਐਂਬੂਲੈਂਸ ਦੀ ਕੀ ਮੁਹੱਈਆ ਕਰਵਾਇਆ ਜਾ ਰਿਹਾ, ਮੈਡੀਕਲ ਫੈਸਿਲਿਟੀਜ਼ ਕੀ ਹੈ, ਅਤੇ ਕਈ ਤਰ੍ਹਾਂ ਦਾ ਇਹਨਾਂ ਨੇ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਲਿਖਿਆ। ਅਤੇ ਉਸ ਤੋਂ ਬਾਅਦ ਹੁਣ 3 ਦਿਨ ਬਾਅਦ ਦੇਖਾਂਗੇ ਕਿ ਐਲਾਂਟੇ ਮਾਲ ਵੱਲੋਂ ਕੀ ਜਵਾਬ ਮਿਲਦਾ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਜੱਗੀ ਦੇ ਨਾਲ ਮੈਂ ਅਮਨ ਲੂਣਾ, ਦੈਨਿਕ ਸਵੇਰਾ ਟੀਵੀ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਣੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।